ਗਰਮੀ ਦੇ ਅਸਰ ਨੇ ਸਬਜ਼ੀਆਂ ਦੇ ਭਾਅ ਦੁੱਗਣੇ ਕਰ ਦਿੱਤੇ ਹਨ। ਆਮ ਆਦਮੀ ਦੀ ਰਸੋਈ ਤੋਂ ਦੂਰ ਸਬਜ਼ੀਆਂ। ਜੁਲਾਈ ਦੇ ਦੂਜੇ ਹਫ਼ਤੇ ਸਾਰੀਆਂ ਸਬਜ਼ੀਆਂ ਦੇ ਭਾਅ ਅਸਮਾਨ ਛੂਹਣ ਲੱਗੇ ਹਨ। 15 ਦਿਨਾਂ ਵਿੱਚ ਟਮਾਟਰ ਦੀ ਕੀਮਤ 10 ਤੋਂ 200 ਰੁਪਏ ਕਿਲੋ ਤੱਕ ਪਹੁੰਚ ਗਈ ਹੈ। ਗੋਭੀ ਦਾ ਵੀ ਇਹੀ ਹਾਲ ਹੈ। 10 ਦਿਨਾਂ ਪਹਿਲਾਂ ਗੋਭੀ 60 ਤੋਂ 80 ਰੁਪਏ ਕਿਲੋ ਵਿਕ ਰਹੀ ਸੀ, ਹੁਣ ਇਹ 110 ਰੁਪਏ ਤੱਕ ਪਹੁੰਚ ਗਿਆ ਹੈ। ਸਬਜ਼ੀਆਂ ਦੇ ਭਾਅ ਵਿੱਚ ਅਚਾਨਕ ਵਾਧਾ ਹੋਣ ਕਾਰਨ, ਰਸੋਈ ਦਾ ਬਜਟ ਵਿਗੜਨ ਕਾਰਨ ਘਰੇਲੂ ਔਰਤਾਂ ਵਿੱਚ ਭਾਰੀ ਰੋਸ ਹੈ। ਸਬਜ਼ੀ ਵਿਕਰੇਤਾਵਾਂ ਅਨੁਸਾਰ ਜੁਲਾਈ ਮਹੀਨੇ 'ਚ 4 ਵਾਰ ਹੋਈ ਭਾਰੀ ਬਾਰਿਸ਼ ਨੇ ਸਬਜ਼ੀਆਂ ਦੇ ਭਾਅ 7ਵੇਂ ਅਸਮਾਨ 'ਤੇ ਪਹੁੰਚਾ ਦਿੱਤੇ ਹਨ ਅਤੇ ਟਮਾਟਰਾਂ ਦੇ ਭਾਅ ਵਧਣ ਦਾ ਮੁੱਖ ਕਾਰਨ ਪਿਛਲੇ ਮਹੀਨੇ ਟਮਾਟਰਾਂ 'ਚ ਭਾਰੀ ਗਿਰਾਵਟ ਸੀ, ਜਿਸ ਕਾਰਨ ਕਿਸਾਨਾਂ ਨੇ ਜਾਂ ਤਾਂ ਟਮਾਟਰ ਦੀ ਫਸਲ ਤਬਾਹ ਕਰ ਦਿੱਤੀ ਸੀ ਜਾਂ ਫਿਰ ਟਮਾਟਰਾਂ ਨੂੰ ਪੁੱਟ ਕੇ ਸੁੱਟ ਦਿੱਤਾ ਸੀ। ਬਾਅਦ ਵਿੱਚ ਜਦੋਂ ਨਵੀਂ ਫਸਲ ਆਉਣੀ ਸ਼ੁਰੂ ਹੋਈ ਤਾਂ ਗਰਮੀ ਵੱਧ ਗਈ ਅਤੇ ਟਮਾਟਰ ਦੀ ਫਸਲ ਨੇ ਦਮ ਤੋੜ ਦਿੱਤਾ। ਹੁਣ 4 ਵੱਡੀਆਂ ਬਾਰਿਸ਼ਾਂ ਨੇ ਸਬਜ਼ੀਆਂ ਦੇ ਭਾਅ ਵਧਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਸਬਜ਼ੀਆਂ ਦੇ ਭਾਅ ਇਸ ਪ੍ਰਕਾਰ ਹਨ। ਟਮਾਟਰ 180 ਤੋਂ 200 ਰੁਪਏ ਪ੍ਰਤੀ ਕਿਲੋ, ਆਲੂ 20 ਤੋਂ 25 ਰੁਪਏ ਪ੍ਰਤੀ ਕਿਲੋ, ਗੋਭੀ 110 ਤੋਂ 130 ਰੁਪਏ ਪ੍ਰਤੀ ਕਿਲੋ, 200 ਤੋਂ 250 ਰੁਪਏ ਪ੍ਰਤੀ ਕਿਲੋ ਪਿਆਜ਼, 25 ਤੋਂ 30 ਰੁਪਏ ਕਿਲੋ ਮੱਕੀ ਦਾ ਆਟਾ, 120 ਤੋਂ 200 ਰੁਪਏ ਪ੍ਰਤੀ ਕਿਲੋ ਘਿਓ, 40 ਤੋਂ 50 ਰੁਪਏ ਪ੍ਰਤੀ ਕਿਲੋ ਫਲੀਦਾਰ, 80 ਤੋਂ 100 ਰੁਪਏ ਪ੍ਰਤੀ ਕਿਲੋ ਅਰਬੀ, 60 ਰੁਪਏ ਪ੍ਰਤੀ ਕਿਲੋ ਸ਼ਿਮਲਾ, 100 ਰੁਪਏ ਪ੍ਰਤੀ ਕਿਲੋ ਉਲਚੀ, 40 ਰੁਪਏ ਪ੍ਰਤੀ ਕਿਲੋ ਬੈਂਗਣ, 50 ਰੁਪਏ ਪ੍ਰਤੀ ਕਿਲੋ। 15 ਦਿਨ ਪਹਿਲਾਂ ਸਬਜ਼ੀਆਂ ਦੇ ਭਾਅ ਇਸ ਤਰ੍ਹਾਂ ਸਨ। ਟਮਾਟਰ 10 ਤੋਂ 20 ਰੁਪਏ ਪ੍ਰਤੀ ਕਿਲੋ, ਆਲੂ 15 ਤੋਂ 20 ਰੁਪਏ ਪ੍ਰਤੀ ਕਿਲੋ, ਗੋਭੀ 50 ਤੋਂ 60 ਰੁਪਏ ਪ੍ਰਤੀ ਕਿਲੋ, 70 ਤੋਂ 80 ਰੁਪਏ ਪ੍ਰਤੀ ਕਿਲੋ ਪਿਆਜ਼, 20 ਰੁਪਏ ਪ੍ਰਤੀ ਕਿਲੋ ਮੱਕੀ ਦਾ ਫਲ, 80 ਤੋਂ 100 ਰੁਪਏ ਪ੍ਰਤੀ ਕਿਲੋ ਘਿਓ, 20 ਤੋਂ 30 ਰੁਪਏ ਪ੍ਰਤੀ ਕਿਲੋ ਫਲੀਆਂ, 50 ਰੁਪਏ ਪ੍ਰਤੀ ਕਿਲੋ ਅਰਬੀ, 20 ਰੁਪਏ ਪ੍ਰਤੀ ਕਿਲੋ ਸ਼ਿਮਲਾ, 50 ਰੁਪਏ ਪ੍ਰਤੀ ਕਿਲੋ ਉਲਚੀ, 20 ਰੁਪਏ ਪ੍ਰਤੀ ਕਿਲੋ ਬੈਂਗਣ, 20 ਰੁਪਏ ਪ੍ਰਤੀ ਕਿਲੋਗ੍ਰਾਮ। ਰਾਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਅਨਮੋਲ ਧੀਰ, ਠੀਕ ਹੈ, ਇਹ ਕੀ ਮੰਡੀ ਆਏ ਸਬਜ਼ੀ ਲੈਣ ਆਏ? ਹਾਂਜੀ, ਸਬਜ਼ੀ ਲੈਣਾ ਹੈ। ਠੀਕ ਹੈ, ਕੀ ਭਾਅ ਮਿਲਦੀ ਸਬਜ਼ੀ ਅੱਜ? ਸਬਜ਼ੀ ਅੱਜ ਦੇ ਰੇਟ 'ਚ ਜੀ ਬਹੁਤ ਮਹਿੰਗੀ ਹੋਈ ਪਈ ਆ। ਜਿੱਦਾਂ ਪਹਿਲਾਂ ਟਮਾਟਰ ਲਾ ਲਓ, ਟਮਾਟਰ 40-50 ਰੁਪਏ ਕਿਲੋ ਮਿਲਦੇ ਸੀਗੇ, ਹੁਣ 240 ਰੁਪਏ ਕਿਲੋ ਹੋਏ ਪਏ ਆ। ਅਤੇ ਹੋਰ ਵੀ ਆਪਣੇ ਜਿਹੜੇ ਖੀਰੇ ਵਗੈਰਾ ਜਾਂ ਹੋਰ ਆਪਣੇ ਜਿਹੜੀ ਵੀ ਸਬਜ਼ੀ ਲਾ ਲਓ, ਸਾਰੀਆਂ ਤਕਰੀਬਨ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਰੇਟ ਹੋਏ ਪਏ ਆ। ਅਤੇ ਇਸ ਕਰਕੇ ਆਮ ਪਬਲਿਕ ਨੂੰ ਇਹਦੇ ਵਿੱਚ ਲੈਣ ਦੇ ਵਿੱਚ ਬਹੁਤ ਪਰੇਸ਼ਾਨੀ ਹੋ ਰਹੀ ਆ। ਅਤੇ ਹੁਣ ਦੇਖੋ ਆਉਣ ਵਾਲਾ ਸਮਾਂ ਕੀ ਕਹਿੰਦਾ, ਪਰ ਜਿਹੜਾ ਗਰੀਬ ਬੰਦਾ ਵਾ ਉਹ ਕਿੱਥੋਂ ਖਾਊਗਾ ਵਿਚਾਰਾ, ਜਿਹੜਾ ਡੇਲੀ ਲੇਬਰ ਕਰਕੇ ਆਪਣਾ ਕਮਾਉਂਦਾ ਵਾ, ਉਹਦੇ ਲਈ ਬਹੁਤ ਔਖਾ ਹੋਇਆ ਪਿਆ। ਕੀ ਨਾਮ ਆਪਣਾ? ਆਪਣਾ ਰਾਜ। ਠੀਕ ਹੈ, ਸਬਜ਼ੀ ਵੇਚਦੇ ਹੋ ਜੀ? ਠੀਕ ਹੈ, ਕਿਸ ਤਰ੍ਹਾਂ ਜਿਸ ਸਬਜ਼ੀ ਪਿੱਛੋਂ ਆ ਰਹੀ ਹੈ ਕਿ ਨਹੀਂ ਆ ਰਹੀ, ਕੀ ਭਾਅ ਇਸ ਟਾਈਮ ਜਿਹੜੇ ਸਬਜ਼ੀ ਦੇ ਰੇਟ ਦੇ ਚੱਲ ਰਹੇ ਆ? ਸਬਜ਼ੀ ਦੇਖੋ ਹਫ਼ਤੇ ਵਿੱਚ ਜਿਹੜੇ ਆ, ਪਹਿਲੇ ਟਮਾਟਰ ਦੇਖ ਲਓ 50-60 ਰੁਪਏ ਗੇਟ ਸੀਗਾ, ਹੁਣ ਇਸ ਵੇਲੇ 4,000 ਰੁਪਏ ਗੇਟ ਹੋ ਗਏ ਆ। ਅਤੇ ਬਾਰਿਸ਼ ਦੇ ਕਾਰਨ ਜਿਹੜੇ ਸਬਜ਼ੀ ਸਾਰੇ ਖਰਾਬ ਹੋ ਚੁੱਕੇ ਨੇ, ਅਤੇ ਮਾਰਕੀਟ ਵਿੱਚ ਸਬਜ਼ੀ ਬਹੁਤ ਘੱਟ ਆ ਰਹੇ ਆ। ਟਮਾਟਰ ਕੀ ਭਾਅ ਮਿਲਦੇ ਹੁਣ? ਟਮਾਟਰ ਜੋ ਸੀਗਾ 150 ਦੇ ਗੇਟ, ਇਸ ਵੇਲੇ ਜਿਹੜੇ 35-36 ਗੇਟ ਰਹੇ ਆ। 35-36 ਦੇ ਜੇ ਮਿਲ ਰਹੇ ਆ, ਅਤੇ ਗਾਹਕ ਆਉਂਦਾ, ਗਾਹਕ ਨੂੰ ਕੀ ਭਾਅ ਦੇ ਰਹੇ ਹੋ? ਗਾਹਕ ਨੂੰ 200 ਦੱਸੀ ਦਾ, ਗਾਹਕ ਛੱਡ ਕੇ ਭੱਜ ਜਾਂਦੇ ਨੇ, ਅਤੇ ਕਿ ਆਪ ਨੂੰ ਖੁਦ 170-175 ਪੈਣ ਦੇ ਬਾਅਦ ਗੇਟ ਵਿੱਚ ਖਰਾਬ ਵੀ ਹੋਣੇ ਨੇ। ਹੋਰ ਕਿਹੜੀ ਕਿਹੜੀ ਸਬਜ਼ੀ ਆ ਜਿਹੜੀ? ਜੈਸੇ ਗੋਭੀ ਹੋ ਗਏ, ਉਹ ਵੀ ਬਾਰਿਸ਼ ਕਰਕੇ ਇਸ ਵੇਲੇ ਨਹੀਂ ਆ ਰਹੇ, 2-3 ਦਿਨ ਹੋ ਗਏ ਉਹਦੇ ਭਾਅ। ਜਿਹੜੇ ਜਲੰਧਰ ਹੋਲਸੇਲ ਹੈਗੇ 160 ਰੁਪਏ ਬੰਦ ਡੱਬਾ ਆ, ਮਟਰ ਜਿਹੜੇ ਉਹ ਵੀ 200 ਰੁਪਏ ਕਿਲੋ ਹੋ ਚੁੱਕੇ ਪਿੱਛੇ। ਅਤੇ ਸਬਜ਼ੀ ਆ ਵੀ ਰਹੀ ਹੈ ਪਿੱਛੋਂ ਕਿ ਨਹੀਂ? ਨਹੀਂ ਸਰ, ਪਿੱਛੇ ਸਬਜ਼ੀ ਬਿਲਕੁਲ ਬੰਦ ਹੋ ਚੁੱਕੀ ਆ ਰਹੀ। ਇਹ ਪਰਸੋਂ ਤਾਂ ਬੰਦ ਹੋ ਚੁੱਕੇ, ਜੋ ਆਪਣੇ ਕਹਿੰਦੇ ਹਿਮਾਚਲ ਵਿੱਚ ਬਾਰਿਸ਼ ਹੋ ਗਈ ਇਸ ਕਰਕੇ। ਅਤੇ ਫਿਰ ਕਿਸ ਤਰ੍ਹਾਂ ਗੁਜ਼ਾਰਾ ਹੋ ਰਿਹਾ ਦੁਕਾਨਦਾਰ ਦਾ? ਜਾਂ ਬੜਾ ਔਖਾ ਗੁਜ਼ਾਰਾ, ਗਾਹਕ ਕਸ਼ਮੀਰ ਬਾਬਾ ਮੁਰੇ ਨੇ, ਸਬਜ਼ੀ ਹੈ ਹੀ ਕੋਈ ਨਹੀਂ, ਸਬਜ਼ੀ ਸਾਰੀ ਦੁਕਾਨ ਖਾਲੀ ਹੈ, ਦੇਖ ਲਓ ਤਾਂ ਸਾਹਮਣੇ ਮਾਰਕੀਟ ਬਿਲਕੁਲ ਖਾਲੀ ਹੈ। ਕੀ ਹੁਣ ਮੰਗ ਕਰਦੇ ਹੋ? ਮੰਗ ਹੁਣ ਸਬਜ਼ੀ ਆਉਣਗੇ ਤਾਂ ਅਸੀਂ ਕਸਟਮਰ ਨੂੰ ਜੋ ਕਹਿੰਦੇ ਉਹਨਾਂ ਨੇ ਪੂਰਾ ਕਰ ਸਕਦੇ, ਜੇ ਸਬਜ਼ੀ ਆਈ ਨਹੀਂ ਰਹੀ ਮਾਰਕੀਟ ਵਿੱਚ। ਆਉਣ ਵਾਲੇ ਦਿਨਾਂ 'ਚ ਰੇਟ ਹੋਰ ਵਧੂਗੇ ਕਿ ਰੇਟ ਘਟੂਗੇ? ਇਹ ਤਾਂ ਹੁਣ ਪਿੱਛੇ ਡਿਮਾਂਡ ਆਉਣ ਤੋਂ ਜੋ ਆਊਗਾ, ਫਿਰ ਮਾਰਕੀਟ ਵਿੱਚ ਆਉਣ ਤੋਂ ਪਤਾ ਲੱਗੂਗਾ ਜੀ। ਕੀ ਨਾਂ ਜੀ ਆਪਣਾ? ਮੇਰਾ ਨਾਮ ਗੁਰਦੇਵ ਸਿੰਘ ਜੀ। ਮੰਡੀ ਸਬਜ਼ੀ ਦਾ? ਹਾਂਜੀ ਹਾਂਜੀ। ਤੋ ਕਿਸ ਤਰ੍ਹਾਂ ਕੀ ਭਾਅ ਮਿਲਦੀ ਤੁਹਾਨੂੰ ਸਬਜ਼ੀ? ਸਬਜ਼ੀ ਬਹੁਤ ਮਹਿੰਗੀ ਹੋ ਗਈ ਜੀ, ਪਤਾ ਨਹੀਂ ਕਿਉਂ, ਸ਼ਾਇਦ ਮੀਂਹ ਕਰਕੇ ਜਾਂ ਕੋਈ ਹੋਰ ਕਾਰਨ ਹੋਊਗਾ, ਪਰ ਇਹ ਥੋੜ੍ਹੇ ਦਿਨਾਂ 'ਚ ਬਹੁਤ ਮੀਂਹ, ਟਮਾਟਰ ਬੜੇ ਮਹਿੰਗੇ ਹੋ ਗਏ ਆ, ਅਰਬੀ ਕਰੇਲੇ ਹਰ ਚੀਜ਼ 100 ਰੁਪਏ ਕਿਲੋ ਦੇ ਕਰੇਲੇ ਆ। ਅਤੇ ਪਹਿਲੇ ਕੀ ਭਾਅ ਜਿਹੜੇ ਆ, ਆਮ ਕੀ ਭਾਅ ਮਿਲਦਾ ਸੀ ਜਦੋਂ ਤੁਸੀਂ ਸਬਜ਼ੀ ਲੈਣਾ? 50 ਤੋਂ ਘੱਟ ਸਕੇ ਪਹਿਲਾਂ, ਇਹ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਏ ਆ। ਅਤੇ ਕਾਰਨ ਪਤਾ ਨਹੀਂ ਕੀ ਆ ਜੀ, ਹੁਣ ਅਸੀਂ ਤਾਂ ਲੈਣ ਆਈ ਦਾ ਪਤਾ ਹੀ ਉਦੋਂ ਲੱਗਦਾ ਵੀ ਇੰਨੇ ਮਹਿੰਗੇ ਹੋ ਜਾਂਦੇ ਆ, ਇਹ ਜਾਂ ਮੀਂਹ ਮੂੰਹ ਹੋਊਗਾ ਸ਼ਾਇਦ, ਇਹ ਵੀ ਹੋ ਸਕਦਾ ਆ, ਪਰ ਮਹਿੰਗੇ ਜ਼ਰੂਰ ਆ। ਅਤੇ ਕੀ ਮੰਗ ਕੀ ਕਰਦੇ? ਹਾਂਜੀ, ਮੰਗ ਕੀ ਕਰਦੇ? ਮੰਗ ਮੰਗ ਹੁਣ
ਕਿਸੇ ਦੇ ਬਸ ਨਹੀਂ ਗਾ, ਪਤਾ ਨਹੀਂ ਕਿਉਂ ਮਹਿੰਗੇ ਹੋਣ, ਉਹ ਕਾਰਨ ਜੋ ਵੀ ਕਾਰਨ ਹੈ ਉਹ ਹੀ ਫਿਕਸ ਹੋਣਾ ਚਾਹੀਦਾ ਆ, ਹੈ ਨਾ, ਅਤੇ ਬਾਕੀ ਰੱਬ ਦਾ ਜੋ ਵੀ ਆ। ਹੈਲੋ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਬਜ਼ੀ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਹੈ, ਕਿਆ ਖਾਣ ਅਤੇ ਕਿਆ ਨਹੀਂ ਖਾਣਾ ਹੈਗਾ, ਬਹੁਤ ਜ਼ਿਆਦਾ ਸਬਜ਼ੀ ਮਹਿੰਗੀ ਹੋ ਗਈ ਹੈ, ਠੀਕ ਆ। ਹਾਂ, ਪ੍ਰਸ਼ਾਸਨ ਨੂੰ ਵੀ ਕੁਛ ਕੀਤਾ ਕਰਾਇਆ ਜਾਵੇ, ਠੀਕ ਹੈ। ਬਹੁਤ ਮਹਿੰਗੀ ਸਬਜ਼ੀ, ਬਹੁਤ ਮਹਿੰਗਾਈ ਹੋ ਗਈ ਆ, ਟਮਾਟਰਾਂ ਦਾ ਪਤਾ ਨਹੀਂ ਲੱਗਦਾ ਇੰਨੇ ਮਹਿੰਗੇ, 200 ਰੁਪਏ ਕਿਲੋ ਹੋ ਗਏ ਆ, ਬਹੁਤ ਜ਼ਿਆਦਾ ਸਬਜ਼ੀ ਮਹਿੰਗੀ ਹੋ ਗਈ ਆ। ਧੰਨਵਾਦ, ਜੈ ਹਿੰਦ।